ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਟੂਡੀਓ ਦੇ ਵਿੱਚ, ਔਰ ਖਾਸ ਤੌਰ 'ਤੇ ਓਮ ਗਲੋਬਲ ਦੇ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ। ਸੋ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਏ ਸੀ ਔਰ ਪੰਜਾਬ ਦੇ ਵਿੱਚ ਆ ਕੇ ਜਿਹੜੇ ਬੱਚਿਆਂ ਨੂੰ ਮਿਲੇ, ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਸੀ, ਇਲੈਕਸ਼ਨ ਕਰਕੇ ਬਹੁਤ ਜ਼ਿਆਦਾ ਬੱਚੇ ਜਿਹੜੇ ਨੇ ਕਸ਼ਮਕਸ਼ ਦੇ ਵਿੱਚ ਸੀ ਕਿ ਪਤਾ ਨਹੀਂ ਇਲੈਕਸ਼ਨਸ ਹੋਣਗੇ, ਵੀਜ਼ਾਜ਼ ਮਿਲਣਗੇ ਪੰਜਾਬੀਆਂ ਨੂੰ ਜਾਂ ਵੀਜ਼ਾ ਬੰਦ ਹੋ ਜਾਣਗੇ। ਇਹ ਬਹੁਤ ਸਾਰੇ ਰਿਊਮਰ ਸੀ ਕਿ ਜਦੋਂ ਇਲੈਕਸ਼ਨ ਦੇ ਵਿੱਚ ਜੇਕਰ ਟਰੂਡੋ ਗੌਰਮੈਂਟ ਨਹੀਂ ਜਿੱਤ ਪਾਉਂਦੀ ਤਾਂ ਸ਼ਾਇਦ ਪੰਜਾਬ ਤੋਂ ਜਿਹੜੇ ਵਿਦਿਆਰਥੀ ਵੀਜ਼ਾ ਦੇ ਬੱਚੇ ਬਾਹਰ ਜਾਂਦੇ ਸੀ ਉਹਨਾਂ 'ਤੇ ਰੋਕ ਲੱਗ ਸਕਦੀ ਹੈ। ਸੋ ਇਲੈਕਸ਼ਨਸ ਹੋ ਚੁੱਕੇ ਨੇ, ਰਿਜ਼ਲਟ ਆ ਚੁੱਕੇ ਨੇ, ਪਰ ਹਾਲੇ ਤੱਕ ਸਰਕਾਰ ਕਲੀਅਰ ਨਹੀਂ ਹੋ ਪਾ ਰਹੀ ਕਿਉਂਕਿ ਕਲੀਅਰ ਬਹੁਮਤ ਕਿਸੇ ਨੂੰ ਨਹੀਂ ਮਿਲ ਪਾਇਆ। ਸੋ ਥੋੜ੍ਹੀ ਜਿਹੀ ਪੋਲੀਟਿਕਸ ਨੂੰ ਵੀ ਜਾਣਦੇ ਨੇ ਕੈਨੇਡਾ ਦੇ, ਨੂੰ ਵਿਦਿਆਰਥੀ ਵੀਜ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਲੈਕਸ਼ਨਸ ਨੂੰ ਲੈ ਕੇ। ਪੁਨੀਤ ਖੰਨਾ ਜੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਸਰਕਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਕਿਉਂਕਿ ਕਿਸੇ ਵੀ ਇੱਕ ਪਾਰਟੀ ਨੂੰ ਕਲੀਅਰ ਬਹੁਮਤ ਨਹੀਂ ਮਿਲ ਪਾਇਆ। ਸੋ ਸਭ ਤੋਂ ਪਹਿਲਾਂ ਸਵਾਗਤ ਕਰ ਰਹੇ ਨੇ ਪੁਨੀਤ ਖੰਨਾ ਜੀ ਦਾ ਓਮ ਗਲੋਬਲ ਤੋਂ। ਖੰਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਕਰੀਬ 3-4 ਮਹੀਨੇ ਲਾ ਕੇ ਤੁਸੀਂ ਕੈਨੇਡਾ ਤੋਂ ਵਾਪਸ ਆਏ ਔਰ ਉੱਥੇ ਜੋ ਵੀ ਪੋਲੀਟੀਕਲ ਰੰਗ ਸੀ, ਰਾਜਨੀਤੀ ਨੂੰ ਤੁਸੀਂ ਦੇਖਿਆ, ਕਰੀਬੀ ਤੋਂ ਦੇਖਿਆ, ਉੱਥੋਂ ਇਲੈਕਸ਼ਨਸ ਹੋਏ, ਰਿਜ਼ਲਟ ਨਤੀਜੇ ਸਾਹਮਣੇ ਆ ਗਏ, ਪਰ ਕਿਸੇ ਵੀ ਸਰਕਾਰ ਨੂੰ ਹਜੇ ਕਿਸੇ ਵੀ ਪਾਰਟੀ ਨੂੰ ਜਿਹੜੀ ਹੈ ਉਹ ਕਲੀਅਰ ਕੱਟ ਬਹੁਤ ਨਹੀਂ ਮਿਲਦਾ ਨਜ਼ਰ ਆ ਰਿਹਾ। ਸੋ ਫਿਊਚਰ ਕਿਵੇਂ ਦੇਖਦੇ ਹੋ, ਕਿਹੜੀ ਸਰਕਾਰ ਬਣੇਗੀ? ਦੇਖੋ, ਕਾਫੀ ਇਲੈਕਸ਼ਨਸ ਤੋਂ ਪਹਿਲਾਂ ਕਾਫੀ ਗੱਲਾਂ ਹੋ ਰਹੀਆਂ ਸੀ ਕਿ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਟਰੂਡੋ ਗਵਰਨਮੈਂਟ ਜਿਹੜੀ ਹੈਗੀ ਹੈ ਲਿਬਰਲਸ ਐਂਟੀ ਇਨਕੰਪੈਂਸੀ ਦਾ ਵੀ ਫੈਕਟਰ ਹੈ ਔਰ ਇਮੀਗ੍ਰੇਸ਼ਨ ਦਾ ਵੀ ਫੈਕਟਰ ਹੈ। ਜੇ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰ ਲਈਏ, ਲਿਬਰਲਸ ਹਮੇਸ਼ਾ ਹੀ ਇਮੀਗ੍ਰੇਸ਼ਨ ਦੇ ਪ੍ਰੋ ਰਹੇ ਆ। ਉਹਨਾਂ ਨੇ ਪਹਿਲਾਂ ਵੀ ਜਦੋਂ ਸਰਕਾਰ ਰਹੀ ਹੈ ਲਿਬਰਲਸ ਦੀ, ਉਦੋਂ ਵੀ ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਹੈ ਚਾਹੇ ਉਹ ਸਟੂਡੈਂਟ ਵੀਜ਼ਾ, ਐਤਕੀ ਲੋਕਾਂ ਨੂੰ ਜਿਹੜੀ ਜ਼ਿਆਦਾ ਪ੍ਰੋਬਲਮ ਸੀਗੀ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਤੋਂ ਸੀਗੀ, ਉਹ ਸੀਗਾ ਰਿਫਿਊਜੀ। ਕਿਉਂਕਿ ਬਹੁਤ ਸਾਰਾ ਰਿਫਿਊਜੀ ਇਨਟੇਕ ਜਿਹੜਾ ਕੈਨੇਡਾ ਨੇ ਹੈਗਾ ਵੈ ਇਸ ਪਿਛਲੇ ਟੈਨਿਓਰ ਦੇ ਵਿੱਚ 4 ਸਾਲਾਂ ਦੇ ਵਿੱਚ ਕਾਫੀ ਲਿਆ। ਇੰਟਰਨੈਸ਼ਨਲ ਸਟੂਡੈਂਟਸ ਆਇਆ, ਇਮੀਗ੍ਰੈਂਟਸ ਆਇਆ ਪਰਮਾਨੈਂਟ ਰੈਜ਼ੀਡੈਂਸੀ 'ਤੇ। ਸੋ ਜਦੋਂ ਗਵਰਨਮੈਂਟ ਚੇਂਜ ਦੀ ਗੱਲ ਹੁੰਦੀ ਸੀ ਕਿ ਕੰਜ਼ਰਵੇਟਿਵਸ ਆਉਣਗੇ, ਉਹਦੇ ਵਿੱਚ ਜਿਹੜਾ ਮੇਜਰ ਚੇਂਜ ਹੋਣਾ ਸੀ ਉਹ ਹੋਣਾ ਸੀਗਾ ਰਿਫਿਊਜੀਸ 'ਤੇ ਔਰ ਪਰਮਾਨੈਂਟ ਰੈਜ਼ੀਡੈਂਟਸ 'ਤੇ। ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਇੱਕ ਸਾਲ ਦਾ ਰੈਵਨਿਊ ਇਜ਼ ਸਮਵੇਅਰ ਅਰਾਊਂਡ $40 billion। ਸੋ ਜਦੋਂ $40 billion ਦਾ ਰੈਵਨਿਊ, ਉਹਦੇ ਵਿੱਚ ਗੌਰਮੈਂਟ ਕੋਈ ਵੀ ਹੋਏ ਕੰਟਰੀ ਚਲਾਉਣ ਨੂੰ ਜਾਂ ਉਹ ਸਰਕਾਰ ਚਲਾਉਣ ਨੂੰ, ਉਹ ਰੈਵਨਿਊ ਕੋਈ ਵੀ ਸਰਕਾਰ ਛੱਡਣਾ ਨਹੀਂ ਚਾਹੂਗੀ। ਸੋ ਕਿਤੇ ਨਾ ਕਿਤੇ ਜੇ ਕੰਜ਼ਰਵੇਟਿਵ ਵੀ ਰੂਲਿੰਗ ਪਾਰਟੀ ਬਣ ਕੇ ਸਾਹਮਣੇ ਆਉਂਦੇ ਤਾਂ ਸਟੂਡੈਂਟ ਵੀਜ਼ਾ ਹੋ ਸਕਦਾ ਬਾਰਿੰਗ ਫਿਊ ਚੇਂਜਸ ਇਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ ਸੀਗਾ। SDS ਨੂੰ ਚੇਂਜ ਕਰਕੇ ਕੁਝ ਹੋਰ ਕਰ ਦਿੰਦੇ ਆ, ਕੋਈ ਇੱਕ ਅੱਧੀ ਚੀਜ਼ ਇੰਪਲੀਮੈਂਟ ਕਰ ਸਕਦੇ ਸੀ, ਬਟ ਅਦਰਵਾਈਜ਼ ਇਹ ਇੱਦਾਂ ਹੀ ਕੰਟੀਨਿਊ ਰਹਿਣਾ ਸੀਗਾ। ਫਿਲਹਾਲ ਦੀ ਘੜੀ ਕੀ ਹੋਇਆ ਕਿ ਜਿੱਦਾਂ ਤੁਸੀਂ ਕਿਹਾ ਮੈਜੋਰਿਟੀ ਸਰਕਾਰ ਕਿਸੇ ਦੀ ਨਹੀਂ ਬਣੀ, ਬਟ 157 ਸੀਟਸ ਦੇ ਨਾਲ ਟਰੂਡੋ ਗਵਰਨਮੈਂਟ ਨੂੰ NDP ਦਾ ਸਮਰਥਨ ਹੈ ਜਿਹਦੇ ਨਾਲ ਇੱਕ ਮਾਈਨੋਰਿਟੀ ਗਵਰਨਮੈਂਟ ਬਣੂਗੀ। ਸੋ ਕਾਫੀ ਕੁਝ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਤੁਹਾਡੇ ਕੋਲ ਪੂਰਾ ਬਹੁਮਤ ਨਹੀਂ ਹੈਗਾ ਤਾਂ ਦੂਜੀ ਪਾਰਟੀ ਜਿਹੜੀ ਸਪੋਰਟ ਕਰਦੀ ਹੈ ਉਹ ਲੱਤ ਖਿੱਚਦੀ ਰਹਿੰਦੀ ਹੈ। ਸੋ ਜਦੋਂ ਕਿਤੇ ਅੱਗੇ ਵੀ ਫਿਊਚਰ ਦੇ ਵਿੱਚ ਇੱਦਾਂ ਦਾ ਕੋਈ ਮੁੱਦਾ ਆਇਆ ਜਿਹਦੇ ਕਰਕੇ ਸਪੋਰਟਿੰਗ ਪਾਰਟੀ ਨੂੰ ਲੱਗਾ ਕਿ ਨਹੀਂ ਇਹ ਸਹੀ ਨਹੀਂ ਹੈਗਾ, ਚਾਹੇ ਉਹ ਰਿਫਿਊਜੀ ਹੈ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੈ ਚਾਹੇ ਹੋਰ ਵੀ ਕੋਈ ਮੁੱਦਾ ਹੈ, ਉਹਦੇ 'ਤੇ ਇਹ ਸਰਕਾਰ ਜ਼ਰੂਰੀ ਨਹੀਂ ਕਿ 4 ਸਾਲ ਹੀ ਚੱਲੇਗੀ। ਸੋ ਕਾਫੀ ਕੁਛ ਨੇ, ਲੈਟਸ ਸੀ ਨਵਾਂ ਟੈਨਿਓਰ ਸ਼ੁਰੂ ਹੋਊਗਾ ਹਾਓ ਦੇ ਕੰਟੀਨਿਊ ਵਿਦ ਇਟ। ਇਮੀਡੀਏਟਲੀ ਕੁਛ ਮੇਜਰ ਇਫੈਕਟਸ ਜਾਂ ਕੁਛ ਮੇਜਰ ਚੇਂਜਸ ਆਪਾਂ ਨਾ ਐਕਸਪੈਕਟ ਕਰੀਏ ਫਿਲਹਾਲ ਦੀ ਘੜੀ, ਫੋਰ ਦਾ ਨੈਕਸਟ ਕੁਆਟਰ ਔਰ ਸੋ ਇਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ, ਬਟ ਸਟੂਡੈਂਟ ਵੀਜ਼ਾਜ਼ ਦੇ ਉੱਤੇ ਕੋਈ ਮੇਜਰ ਚੇਂਜ ਨਹੀਂ ਲੱਗਦਾ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ ਜੀ। ਸੋ ਖੰਨਾ ਸਾਹਿਬ, ਪੰਜਾਬ ਦੇ ਵਿੱਚ ਜਿੰਨੇ ਵੀ ਕੰਸਲਟੈਂਟ ਇਸ ਟਾਈਮ ਕੰਮ ਕਰ ਰਹੇ ਨੇ ਜਾਂ ਫਿਰ ਉਹ ਵਿਦਿਆਰਥੀ ਜਿਹੜੇ 12ਵੀਂ ਪਾਸ ਕਰ ਚੁੱਕੇ ਨੇ, ਹੁਣ ਕਈ ਫਾਈਲ ਲਾਉਣ ਦੀ ਤਿਆਰੀ ਦੇ ਵਿੱਚ ਸੀ ਅਤੇ ਕਈਆਂ ਨੇ ਲਾ ਦਿੱਤੀਆਂ ਸੀ ਫਾਈਲਾਂ, ਕੈਨੇਡਾ ਦੇ ਇਲੈਕਸ਼ਨ 'ਤੇ ਨਜ਼ਰ ਬਹੁਤ ਰੱਖੀ ਹੋਈ ਸੀ ਉਹਨਾਂ ਨੇ, ਭਾਵੇਂ ਪੰਜਾਬ ਦੇ ਵਿੱਚ ਜਿਹੜੇ ਹੁਣ ਜਿਮਨੀ ਚੋਣਾਂ ਹੋਈਆਂ ਉਹਨੂੰ ਧਿਆਨ ਵਿੱਚ ਨਾ ਰੱਖਿਆ ਹੋਵੇ, ਪਰ ਕੈਨੇਡਾ ਦੇ ਇਲੈਕਸ਼ਨ ਤੋਂ ਬਾਅਦ ਜਦੋਂ ਹੀ ਖਬਰ ਆਈ ਕਿ ਜਸਟਿਨ ਟਰੂਡੋ ਨੂੰ 157 ਸੀਟਾਂ ਮਿਲੀਆਂ ਅਤੇ ਹੁਣ ਸਰਕਾਰ ਬਣ ਸਕਦੀ ਹੈ, ਹਰ ਇੱਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਆ ਕੇ ਜਸਟਿਨ ਟਰੂਡੋ ਦੀ ਫੋਟੋ ਪਾ ਦਿੱਤੀ ਅਤੇ ਕੰਗਰੈਚੁਲੇਸ਼ਨਸ ਕਿਹਾ ਕਿ ਹੁਣ ਕੈਨੇਡਾ ਦੀ ਨਵੀਂ ਸਰਕਾਰ ਇੱਕ ਵਾਰ ਫਿਰ ਤੋਂ ਟਰੂਡੋ ਦੀ ਹੀ ਬਣੂਗੀ। ਸੋ ਬਹੁਤ ਖੁਸ਼ੀ ਮੇਰੇ ਖਿਆਲ ਸ਼ਾਇਦ ਕੈਨੇਡੀਅਨਸ ਨੂੰ ਇੰਨੀ ਨਹੀਂ ਹੋਈ ਹੋਣੀ ਜਿੰਨੀ ਪੰਜਾਬੀਆਂ ਨੂੰ ਖੁਸ਼ੀ ਹੋਈ ਹੈ। ਸੋ ਕੀ ਮੰਨਦੇ ਹੋ ਕਿ ਜਿਸ ਤਰ੍ਹਾਂ ਦੀ ਹਵਾ ਪਹਿਲਾਂ ਚੱਲਦੀ ਸੀ ਪੰਜਾਬੀਆਂ ਨੂੰ ਲੈ ਕੇ, ਜਿਸ ਤਰ੍ਹਾਂ ਵੱਡੀ ਤਾਦਾਦ ਵਿੱਚ ਪੰਜਾਬੀਆਂ ਨੂੰ ਵੀਜ਼ਾਜ਼ ਅਪਰੂਵ ਹੋਏ, ਪੰਜਾਬੀ ਵੱਡੀ ਗਿਣਤੀ ਵਿੱਚ ਕੈਨੇਡਾ ਪਹੁੰਚ ਗਏ, ਉੱਥੇ ਜਿਵੇਂ ਤੁਸੀਂ ਦੱਸਿਆ ਕਿ ਰਿਫਿਊਜ਼ੀ ਲੈ ਕੇ ਉੱਥੇ ਪੱਕੇ ਹੋ ਗਏ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਵੀਜ਼ੇ ਇਸੇ ਤਰ੍ਹਾਂ ਮਿਲਦੇ ਰਹਿਣਗੇ? ਦੇਖੋ ਮਨੀਸ਼ ਜੀ, ਇੱਕ ਚੀਜ਼ ਤਾਂ ਫੋਰ ਸ਼ੋਰ ਹੈਗੀ ਹੈ ਕਿ ਜਿਹੜੀ ਇਹ ਗਵਰਨਮੈਂਟ ਹੈ ਲਿਬਰਲਸ, ਇਹ
इमीग्रेशन ਦੇ ਵੱਲ ਦੀ ਗੱਲ ਕਰਦੀ ਹੈ ਸਟੂਡੈਂਟ ਵੀਜ਼ਾ ਦੇ ਵੱਲ ਦੀ ਗੱਲ ਕਰਦੀ ਹੈ ਸੋ ਫੇਵਰ ਚ ਹੈ ਸੈਕੰਡਲੀ ਜਸਟਿਨ ਟਰੂਡੋ ਦੀ ਜੇ ਗੱਲ ਕਰ ਲਈਏ ਜਦੋਂ ਇਹਦੇ ਫਾਦਰ ਵੀ 1980-1984 ਦੀ ਗੱਲ ਕਰ ਲਈਏ ਤੇ ਫਾਦਰ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਵੀ ਪੰਜਾਬ ਤੋਂ ਵੱਡੇ ਲੈਵਲ ਦੇ ਉੱਤੇ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਗਏ ਸੀ ਸੋ ਇੱਕ ਮਾਈਂਡਸੈਟ ਉਸ ਪਾਰਟੀ ਦਾ ਔਰ ਉਸ ਪਾਰਟੀ ਦੇ ਲੀਡਰ ਦਾ ਜਿਹੜਾ ਉਹ ਇਮੀਗ੍ਰੇਸ਼ਨ ਨੂੰ ਫੇਵਰ ਕਰਦਾ ਸੋ ਮੇਜਰਲੀ ਇਹ ਚੀਜ਼ ਉਦਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ ਬਟ ਜਿੱਦਾਂ ਕਿ ਤੁਸੀਂ ਦੇਖਿਆ ਕਿ ਕੋਈ ਵੀ ਗਵਰਨਮੈਂਟ ਪਾਲਿਸੀ ਬਣਾਉਣ ਨੂੰ ਜਾਂ ਪਾਲਿਸੀ ਚੇਂਜ ਕਰਨ ਨੂੰ ਸਰਕਾਰ ਨੂੰ ਟਾਈਮ ਨਹੀਂ ਲੱਗਦਾ ਜਿਵੇਂ ਰੀਸੈਂਟ ਇੱਕ ਇਨਸੀਡੈਂਟ ਦੀ ਗੱਲ ਕਰ ਲਵਾਂ ਹਰ ਜਗ੍ਹਾ ਪਲਾਸਟਿਕ ਯੂਜ਼ ਹੁੰਦਾ ਹੈ ਹੁਣ ਆਪਣੇ ਮੁਹਿੰਮ ਚੱਲ ਗਈ ਕਿ ਪਲਾਸਟਿਕ ਬੰਦ ਕਰ ਦਿਓ ਬਹੁਤ ਸਾਰੀ ਫਾਸਟ ਫੂਡ ਚੇਨਸ ਨੇ ਪਲਾਸਟਿਕ ਯੂਜ਼ ਕਰਨਾ ਬੰਦ ਕਰਤਾ ਮੈਂ ਰੀਸੈਂਟਲੀ ਟਰੈਵਲ ਕਰ ਰਿਹਾ ਸੀਗਾ ਤੇ ਕਿਸੇ ਫਾਸਟ ਫੂਡ ਚੇਨ ਤੋਂ ਡਰਾਈਵ ਥਰੂ ਕੱਢ ਰਿਹਾ ਤੇ ਮੈਂ ਉਹਨਾਂ ਤੋਂ ਕੋਕ ਲੈ ਲਈ ਕੋਕ ਤਾਂ ਉਹਨਾਂ ਨੇ ਗਲਾਸ ਦੇ ਵਿੱਚ ਦੇਤੀ ਤੁਹਾਨੂੰ ਜਿਹੜਾ ਉੱਪਰ ਉਹਦੇ ਲਿਡ ਹੁੰਦਾ ਪਲਾਸਟਿਕ ਦਾ ਜਾਂ ਸਟਰੋ ਪਲਾਸਟਿਕ ਦੀ ਆ ਉਹ ਨਹੀਂ ਦਿੱਤੀ ਉਹ ਕਹਿੰਦੇ ਜੀ ਇਹ ਬੰਦ ਹੋ ਗਈ ਪਿੱਛੋਂ ਦੀ ਕਿਉਂਕਿ ਸਰਕਾਰ ਨੇ ਪਲਾਸਟਿਕ ਦੇ ਉੱਤੇ ਕੁਝ ਨਵੀਂ ਰੂਲਸ ਐਂਡ ਰੈਗੂਲੇਸ਼ਨਸ ਕੱਢ ਦਿੱਤੇ ਨੋਟਬੰਦੀ ਤੇ ਆ ਜਾਈਏ ਕਿ ਨੋਟਬੰਦੀ ਹੋ ਗਈ ਰਾਤੋਂ ਰਾਤ ਨੋਟ ਬਦਲ ਗਏ ਰਾਤੋਂ ਰਾਤ ਤੁਹਾਡੀ ਜਿਹੜੀ ਕਰੰਸੀ ਸੀਗੀ ਉਹ ਪੀਸ ਆਫ ਪੇਪਰ ਰਹਿ ਗਏ ਸੋ ਕੋਈ ਵੀ ਗਵਰਨਮੈਂਟ ਨੂੰ ਪਾਲਿਸੀ ਬਣਾਉਣ ਲੱਗੇ ਕਿਸੇ ਵੀ ਸਰਕਾਰ ਨੂੰ ਕੁਝ ਚੇਂਜ ਕਰਨ ਲੱਗੇ ਇੱਕ ਮਿੰਟ ਦਾ ਟਾਈਮ ਲੱਗਦਾ ਦੇ ਕੈਨ ਚੇਂਜ ਇਟ ਵੈਨ ਐਵਰ ਵੇਅਰ ਐਵਰ ਖਾਸ ਕਰ ਜਦੋਂ ਕਿ ਪਿਛਲੀ ਸਰਕਾਰ ਦੇ ਵਿੱਚ ਹੁੰਦੇ ਹੋਏ ਵੀ ਜੇ ਆਪਾਂ ਅੱਜ ਤੋਂ 6 ਮਹੀਨੇ ਪਿੱਛੇ ਚੱਲ ਜਾਈਏ ਤੇ GIC ਦੀ ਗੱਲ ਹੋ ਰਹੀ ਸੀ ਬਾਰ ਬਾਰ ਕਿ ਇਹ $20,000 ਤੇ ਜਾਏਗੀ ਹੁਣ ਜਦੋਂ ਗਵਰਨਮੈਂਟ ਰਿਪੀਟ ਹੋਈ ਹੈ ਜਿਹੜੀ ਗਵਰਨਮੈਂਟ ਇਸ ਬਾਰੇ ਗੱਲ ਕਰ ਰਹੀ ਸੀ ਹੋ ਸਕਦਾ ਇਹ $20,000 ਅੱਜ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਦੁਬਾਰਾ ਇੰਪਲੀਮੈਂਟੇਸ਼ਨ ਦੇ ਵਿੱਚ ਆ ਜਾਏ ਦੁਬਾਰਾ ਡਿਸਕਸ਼ਨਸ ਦੇ ਵਿੱਚ ਆ ਜਾਏ ਕਿਉਂਕਿ $10,000 ਸਾਲ ਦਾ ਉਹਦੇ ਵਿੱਚ ਸਟੂਡੈਂਟ ਦਾ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਗੁਜ਼ਾਰਾ ਨਹੀਂ ਹੁੰਦਾ ਸਟੂਡੈਂਟ ਜਾਂਦਾ ਜਾ ਕੇ ਉਹਨੂੰ ਕੰਮ ਕਰਨਾ ਪੈਂਦਾ GIC ਸ਼ੁਰੂ ਹੀ ਇਸੇ ਕਰਕੇ ਹੋਈ ਸੀ ਪੈਸੇ ਇਸੇ ਕਰਕੇ ਸ਼ੁਰੂ ਹੋਏ ਸੀ ਕਿ ਸਟੂਡੈਂਟ ਨੂੰ ਆਪਣੀ ਰੋਜ਼ਮਰ੍ਹਾ ਦੀ ਜਿਹੜੇ ਖਰਚੇ ਹੈਗੇ ਉਹਦੇ ਕਰਕੇ ਕੋਈ ਪੈਸੇ ਇੰਡੀਆ ਤੋਂ ਨਾ ਮੰਗਾਉਣੇ ਪੈਣ ਉਹ ਕੰਮ ਦੇ ਉੱਤੇ ਡਿਪੈਂਡੈਂਟ ਨਾ ਰਹੇ ਪਰ ਚੇਂਜਸ ਜੀ ਮਾਫ ਕਰਨਾ ਤੇ ਰੁਕਿਆ ਕਿਊਬਿਕ ਸਰਕਾਰ ਨੇ ਥੋੜਾ ਚੇਂਜ ਕਰ ਦਿੱਤਾ ਆਲਰੇਡੀ ਜਿਹੜਾ ਬੱਚਾ ਇਤੋਂ ਪੜਨ ਜਾ ਰਿਹਾ ਕਿਊਬਿਕ ਤੇ ਵੀ ਜਾ ਰਿਹਾ ਉਥੋਂ ਦੀ ਸਰਕਾਰ ਮੈਂ ਕਿਹਾ 700 ਤੋਂ 800 ਜਿਹੜੀ ਹੈ ਡਾਲਰ ਆ ਉਹ ਬੱਚੇ ਨੂੰ ਸ਼ਾਇਦ ਦੇ ਰਹੀ ਹੈ ਇਸੇ ਕਰਕੇ ਇੱਕ ਬੱਚੇ ਦਾ ਗੁਜ਼ਾਰਾ ਨਹੀਂ ਹੋ ਰਿਹਾ ਨਹੀਂ ਉਹ ਸਰਕਾਰ ਜਿਹੜੀ ਹੈ ਕਿਊਬਿਕ ਜਿਹੜਾ ਪ੍ਰੋਵਿੰਸ ਆ ਇਟ ਇਜ਼ ਬੇਸਿਕਲੀ ਅ ਫ੍ਰੈਂਚ ਇਟ ਵਾਸ ਅ ਫ੍ਰੈਂਚ ਟੈਰੀਟਰੀ ਪਿੱਛੇ ਜੇ ਇੱਕ ਰੈਫਰੈਂਡਮ ਵੀ ਹੋਇਆ ਸੀ ਜਿਹਦੇ ਵਿੱਚ ਕਿਊਬਿਕ ਨੇ ਅਲੱਗ ਹੋਣ ਦੀ ਗੱਲ ਕੀਤੀ ਸੀਗੀ ਅੱਜ ਆਪਾਂ ਬ੍ਰੈਕਸਿਟ ਕਹਿੰਦੇ ਕਿ UK ਯੂਰੋਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ ਇਸੇ ਤਰ੍ਹਾਂ ਕਿਊਬਿਕ ਨੇ ਅੱਜ ਤੋਂ ਆਈ ਥਿੰਕ ਅਪਰੋਕਸੀਮੇਟਲੀ 3 ਤੋਂ 4 ਸਾਲ ਪਹਿਲਾਂ ਕੈਨੇਡਾ ਤੋਂ ਵੱਖ ਹੋ ਕੇ ਇੱਕ ਵੱਖਰੀ ਕੰਟਰੀ ਬਣਨ ਦੇ ਉੱਤੇ ਰੈਫਰੈਂਡਮ ਚੱਲਿਆ ਸੀਗਾ ਜੋ ਕਿ ਕਿਊਬਿਕ ਨਹੀਂ ਬਣ ਸਕਿਆ ਉਹ ਫੇਲ ਹੋ ਗਿਆ ਇਟ ਫੇਲਡ ਵੈਰੀ ਬੈਡਲੀ ਬਟ ਕਿਊਬਿਕ ਇਜ਼ ਅ ਫ੍ਰੈਂਚ ਡੋਮੀਨੈਂਟ ਟੈਰੀਟਰੀ ਔਰ ਕਿਊਬਿਕ ਦੇ ਜੇ ਰੂਲਸ ਵੀ ਦੇਖੀਏ ਚਾਹੇ ਉਹ CAQ ਹੈ ਚਾਹੇ ਹੋਰ ਚੀਜ਼ਾਂ ਬਾਕੀ ਸਾਰੇ ਕੈਨੇਡਾ ਨਾਲੋਂ ਵੱਖਰੀਆਂ ਸੋ ਕਿਊਬਿਕ ਸਰਕਾਰ ਜਿਹੜੀ ਹੈਗੀ ਆ ਬੱਚਾ ਜਿਹੜਾ ਕਿਊਬਿਕ ਦੇ ਵਿੱਚ ਪੜਨ ਜਾਂਦਾ ਉਹਨੂੰ ਫ੍ਰੈਂਚ ਪੜਨ ਦੇ ਪੈਸੇ ਮਿਲ ਰਹੇ ਆ ਉੱਥੇ ਹਰ ਬੱਚੇ ਨੂੰ ਪੜ੍ਹਾਈ ਕਰਨ ਵਾਲੇ ਨੂੰ ਹਰੇਕ ਨੂੰ ਪੈਸੇ ਨਹੀਂ ਮਿਲ ਰਹੇ ਜਾਂ ਕਿਸੇ ਵੀ DEQ ਜਾਂ ASQ ਕਿਸੇ ਵੀ ਕੋਰਸ ਦੇ ਵਿੱਚ ਬੱਚਾ ਪੜ੍ਹਦਾ ਉਹ ਨਾਰਮਲ ਪੜ੍ਹਾਈ ਹੈ ਜਿੱਦਾਂ ਕਿ ਬਾਕੀ ਪ੍ਰੋਵਿੰਸਸ ਦੇ ਵਿੱਚ ਹੈ ਇਫ ਦਾ ਸਟੂਡੈਂਟ ਇਜ਼ ਵਿਲਿੰਗ ਟੂ ਸਟੱਡੀ ਫ੍ਰੈਂਚ ਕਿ ਮੈਂ ਫ੍ਰੈਂਚ ਕਲਾਸਿਸ ਲਾਉਂਗਾ ਉਸ ਫ੍ਰੈਂਚ ਕਲਾਸਾਂ ਲਾਉਣ ਦੇ ਪੈਸੇ ਵੀ ਗਵਰਨਮੈਂਟ ਦਿੰਦੀ ਹੈ ਔਰ ਸਟੂਡੈਂਟ ਨੂੰ ਵੀ ਉਹਦੇ ਬਤੌਰ ਕੁਝ ਪੈਸੇ ਦਿੱਤੇ ਜਾਂਦੇ ਸੋ ਹਰ ਸਟੂਡੈਂਟ ਨੂੰ ਉਹ ਪੈਸਾ ਨਹੀਂ ਮਿਲਦਾ ਜੀ ਸੋ ਹੁਣ ਜਿਹੜੇ ਪੰਜਾਬੀ ਆਪਾਂ ਬੱਚਿਆਂ ਦੀ ਗੱਲ ਕੀਤੀ ਹੈ ਪੇਰੈਂਟਸ ਦੀ ਗੱਲ ਕੀਤੀ ਬਹੁਤ ਸਮੇਂ ਤੋਂ ਉਡੀਕ ਕਰ ਰਹੇ ਸੀ ਇਲੈਕਸ਼ਨਸ ਦੀ ਕਿ ਇਲੈਕਸ਼ਨ ਹੋ ਜਾਣ ਇਲੈਕਸ਼ਨ ਦਾ ਰਿਜ਼ਲਟ ਦੇਖੀਏ ਉਸ ਤੋਂ ਬਾਅਦ ਹੀ ਅਸੀਂ ਬੱਚਿਆਂ ਦੀ ਫਾਈਲਾਂ ਲਾਈਏ ਜੀ ਸੋ ਹੁਣ ਇੱਕ ਵਾਰ ਫਿਰ ਤੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੋਲੀਜਨ ਗਵਰਨਮੈਂਟ ਬਣ ਰਹੀ ਹੈ ਗਠਬੰਧਨ ਸਰਕਾਰ ਬਣੂਗੀ ਉੱਥੇ ਵੀ ਜੀ ਟਰੂਡੋ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਆਉਣਗੇ ਜਿਹੜੇ ਬੱਚਿਆਂ ਨੇ ਫਾਈਲਾਂ ਰੁਕੀਆਂ ਹੋਈਆਂ ਸੀ ਕੈਨੇਡਾ ਲਾਉਣ ਤੋਂ ਕਿ ਚਲੋ ਇੱਕ ਵਾਰ ਇਲੈਕਸ਼ਨ ਵੇਲੇ ਫਿਰ ਫਾਈਲਾਂ ਲੈ ਕੀ ਹੁਣ ਲੱਗਦਾ ਕਿ ਸਮਾਂ ਹੈ ਕਿ ਫਾਈਲਾਂ ਲਾ ਦਿੱਤੀਆਂ ਜਾਣ ਹੁਣ ਇੰਟੇਕ ਰਿਹਾ ਮਿਲੇਗਾ ਬੱਚਿਆਂ ਨੂੰ ਦੇਖੋ ਮਨੀ ਜੀ ਇਹ 'ਚ ਤਾਂ ਮੈਂ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜੇ ਕੋਈ ਬੱਚਾ ਫਾਈਲ ਆਪਣੀ ਰੋਕ ਕੇ ਬੈਠਾ ਜੇ ਤੁਸੀਂ ਆਪਣੀ ਫਾਈਲ ਰੱਖ ਕੇ ਬੈਠੇ ਹੋ ਆਪਣੇ ਕੋਲ ਕਿ ਮੈਂ ਇਲੈਕਸ਼ਨ ਦੇਖੂੰਗਾ ਮੈਂ ਰੂਲ ਚੇਂਜ ਦੇਖੂੰਗਾ ਉਸ ਤੋਂ ਬਾਅਦ ਅਪਲਾਈ ਕਰੂੰਗਾ ਮੈਂ ਜਨਵਰੀ ਇਨਟੇਕ ਦੀ ਜਦੋਂ ਡੈਡਲਾਈਨ ਆ ਜਾਊਗੀ ਨਾ ਉਦੋਂ ਜਾ ਕੇ ਅਪਲਾਈ ਕਰੂੰਗਾ ਸੋ ਬਿਨਾਂ ਵੀਜ਼ਾ ਅਪਲਾਈ ਕੀਤੇ ਵੀ ਕਦੀ ਕਿਸੇ ਨੂੰ ਵੀਜ਼ਾ ਮਿਲਿਆ ਜਦੋਂ ਤੱਕ ਤੁਸੀਂ ਵੀਜ਼ਾ ਅਪਲਾਈ ਨਹੀਂ ਕਰੋਗੇ ਜਦੋਂ ਤੱਕ ਫਾਈਲ ਹਾਈ ਕਮਿਸ਼ਨ 'ਚ ਨਹੀਂ ਜਾਊਗੀ ਹੁਣ ਕੈਨੇਡੀਅਨ ਹਾਈ ਕਮਿਸ਼ਨ ਤੋਂ ਤਾਂ ਵੀਜ਼ਾ ਆਫੀਸਰ ਤੁਹਾਡੇ ਘਰੇ ਆਣਾ ਆ ਕੇ ਕਹਿਣ ਹੋ ਰਿਹਾ ਕਿ ਭਾਈ ਆਪਣੀ ਫਾਈਲ ਦੇ ਦੇ ਮੈਂ ਤੇਰਾ ਵੀਜ਼ਾ ਆ ਕੇ ਤੈਨੂੰ ਦੇਣਾ ਹੈ ਨਾ ਸੋ ਅਲਟੀਮੇਟਲੀ ਵੀਜ਼ਾ ਤਾਂ ਤੁਹਾਨੂੰ ਜਦੋਂ ਅਪਲਾਈ ਕਰੋਗੇ ਤਾਂ ਵੀਜ਼ਾ ਮਿਲਣਾ ਬੜਾ ਰੈਗੂਲਰ ਰੋਜ਼ ਦੀ ਕਾਉਂਸਲਿੰਗ ਦੇ ਵਿੱਚ ਸਟੂਡੈਂਟਸ ਨੂੰ ਮਿਲਦਾ ਵਾ ਸਟੂਡੈਂਟਸ ਬਹੁਤ ਸਾਰੇ ਸਟੂਡੈਂਟਸ ਇਹ ਸਵਾਲ ਪੁੱਛਦੇ ਆ ਭਾਜੀ ਜਨਵਰੀ ਇਨਟੇਕ ਲਈ ਅਪਲਾਈ ਕਰਨ ਦੀ ਲਾਸਟ ਕਦੋਂ ਤੱਕ ਕਰ ਸਕਦਾ ਬੜਾ ਸਿੰਪਲ ਸਵਾਲ ਹੈ ਯਾਰ ਜੇ ਤੁਸੀਂ ਅਪਲਾਈ ਕਰਨਾ ਹੀ ਹੈ ਤਾਂ ਤੁਸੀਂ ਉਹ ਲਾਸਟ ਡੇਟ ਦੀ ਉਡੀਕ ਕਿਉਂ ਕਰਦੇ ਪਏ ਹੋ ਕਿ ਮੈਂ ਬਿਲਕੁਲ ਬਾਰਡਰ ਤੇ ਜਾ ਕੇ ਹੀ ਅਪਲਾਈ ਕਰਨਾ ਫਿਰ ਕਿਤੇ ਨਾ ਕਿਤੇ ਕੋਈ ਡੈਡਲਾਈਨ ਨਾ ਮੀਟ ਹੋਈ ਆਫਰ ਲੈਟਰ ਡਿਲੇ ਹੋ ਗਈ GIC ਅਕਾਊਂਟ ਦੇ ਵਿੱਚ ਪ੍ਰੋਬਲਮ ਆ ਗਈ GIC ਰਿਸੀਟ ਨਾ ਆਈ
ਕਿਸੇ ਵੀ ਰੀਜ਼ਨ ਕਰਕੇ ਤੁਸੀਂ ਉਹ ਜਿਹੜਾ 2-4 ਦਿਨ ਦਾ ਆਪਣੇ ਆਪ ਨੂੰ ਬਫਰ ਦਿੱਤਾ ਉਹ ਨਿਕਲ ਗਿਆ ਤਾਂ ਤੁਸੀਂ ਜਨਵਰੀ ਤੋਂ ਫਿਰ ਅੱਗੇ ਮਈ ਤੋਂ ਅੱਗੇ ਸਪਟੰਬਰ ਬਹੁਤ ਸਾਰੇ ਸਟੂਡੈਂਟ ਦੇਖਿਆ ਜੀ ਆਫਰ ਲੈਟਰ ਉਡੀਕ ਰਹੇ ਆ 4-4 ਮਹੀਨੇ ਹੋ ਗਏ ਆਫਰ ਲੈਟਰ ਆ ਗਈ ਤਾਂ ਉਸ ਤੋਂ ਬਾਅਦ ਉਹ ਆਫਰ ਲੈਟਰ ਕੈਂਸਲ ਹੋ ਜਾਂਦੀ ਹੈ ਫੀਸ ਦਿੱਤੀ ਹੈ ਤਾਂ ਸਟੂਡੈਂਟ ਉੱਥੇ ਜਾ ਕੇ ਕਹਿੰਦੇ ਅਸੀਂ ਬੱਚੇ ਬਹੁਤ ਜ਼ਿਆਦਾ ਲਏ ਸੋ ਬਹੁਤ ਸਾਰੀਆਂ ਪ੍ਰੋਬਲਮਸ ਨੇ ਜੇ ਤੁਸੀਂ ਅਪਲਾਈ ਕਰਨਾ ਜੇ ਤੁਸੀਂ ਕੈਨੇਡਾ ਜਾਣਾ ਦਾ ਟਾਈਮ ਇਜ਼ ਨਾਓ ਜਾਂ ਤਾਂ ਹੁਣੇ ਕਰ ਲਓ ਨਹੀਂ ਤਾਂ ਤੁਸੀਂ ਜੀ ਮੈਂ ਡੈਡਲਾਈਨ ਜਦੋਂ ਆਊਗੀ ਲਾਸਟ ਕਦੋਂ ਤੱਕ ਕਰ ਸਕਦੇ ਹਾਂ ਜਦੋਂ ਸਾਰੀਆਂ ਸੀਟਾਂ ਭਰ ਜਾਣ ਜਦੋਂ ਹਰ ਕਾਲਜ ਦੇ ਕੋਲ ਕਵੇ ਇੱਕ ਕਾਲਜ ਕਵੇ ਕਿ ਮੇਰੇ ਕੋਲ ਹੁਣ ਗੁੰਜਾਇਸ਼ ਨਹੀਂ ਬੱਚਾ ਲੈਣ ਦੀ ਤੁਸੀਂ ਉਸ ਟਾਈਮ ਦਾ ਜੇ ਇੰਤਜ਼ਾਰ ਕਰਦੇ ਰਹੋਗੇ ਫਿਰ ਬਹੁਤ ਵਧੀਆ ਦੇਸ਼ ਹੈ ਇੰਡੀਆ ਫਿਰ ਆਰਾਮ ਨਾਲ ਇੱਥੇ ਰਹੋ ਜੀ ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਓਮ ਗਲੋਬਲ ਦੇ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਇਸ ਸਮਝ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ ਕਨੇਡਾ ਜਾਣ ਸੰਬੰਧੀ ਤਾਂ ਟੀਵੀ ਸਕਰੀਨ 'ਤੇ ਅਸੀਂ ਇੱਕ ਨੰਬਰ ਚਲਾ ਰਹੇ ਹਾਂ ਉਸ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ ਓਮ ਗਲੋਬਲ ਦੇ ਵੀਜ਼ਾ ਐਕਸਪਰਟਸ ਨਾਲ ਸੋ ਖਾਨਾ ਸਾਹਿਬ ਅਕਸਰ ਜਦੋਂ ਤੁਹਾਨੂੰ ਮਿਲਦੇ ਹਾਂ ਤੁਹਾਡੇ ਫੇਸਬੁੱਕ 'ਤੇ ਵੀ ਕੁਛ ਇੱਕ ਬਾਈਟਸ ਦੇਖੀਆਂ ਇੰਸਟਾਗ੍ਰਾਮ 'ਤੇ ਦੇਖੀਆਂ ਔਰ ਤੁਸੀਂ ਬੜੇ ਮਾਣ ਦੇ ਨਾਲ ਕਹਿੰਦੇ ਹੋ ਬੜੇ ਕੌਨਫੀਡੈਂਸ ਨਾਲ ਕਹਿੰਦੇ ਹੋ ਕਿ ਜਦੋਂ ਵੀ ਬੱਚਾ ਤੁਹਾਡੇ ਨਾਲ ਕੋਲ ਆਉਂਦਾ ਹੈ 6 ਬੈਂਡ ਵਾਲਾ ਬੱਚਾ ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਹੈ ਅਤੇ ਉਹ ਬੱਚਾ 15-20 ਦਿਨ 'ਚ ਕੈਨੇਡਾ ਜਾ ਸਕਦਾ ਜੀ ਸੋ ਜਦੋਂ ਦੂਜੇ ਕੰਸਲਟੈਂਟ ਦੀਆਂ ਗੱਲਾਂ ਸੁਣਦੇ ਹਾਂ ਤਾਂ ਉਹ ਕਹਿੰਦੇ ਕਿ ਸਿਰਫ ਜਨਵਰੀ ਟੇਕ ਆ ਮਈ ਟੇਕ ਅਤੇ ਸਤੰਬਰ ਟੇਕ ਤਿੰਨ ਟੇਕ ਹੀ ਹੈ ਹੁਣ ਜੇ ਮਈ ਇਨਟੇਕ ਤੋਂ ਬਾਅਦ ਜੂਨ ਦੇ ਵਿੱਚ ਬੱਚਾ ਆ ਜਾਵੇ ਤਾਂ ਪੋਸੀਬਿਲਿਟੀ ਬਣਦੀ ਨਹੀਂ ਕਿ 15 ਦਿਨ 'ਚ ਬੱਚੇ ਨੂੰ ਆਫਰ ਲੈਟਰ ਮਿਲ ਜਾਏ GIC ਕੋਲ ਜੇ ਵੀਜ਼ਾ ਅਪਲਾਈ ਕਰਕੇ ਵੀਜ਼ਾ ਆ ਜਾਵੇ ਬੱਚਾ ਟਰੈਵਲ ਕਰ ਜਾਵੇ ਜੀ ਸੋ ਤੁਸੀਂ ਕਿਵੇਂ ਇੰਨੀ ਛੇਤੀ ਆਫਰ ਲੈਟਰ ਮੰਗਵਾ ਕੇ GIC ਕਲਾ ਕੇ 15-20 ਦਿਨ ਦੇ ਵਿੱਚ ਬੱਚੇ ਨੂੰ ਕੈਨੇਡਾ ਭੇਜ ਦਿੰਦੇ ਦੇਖੋ ਮਨੀਸ਼ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਟੂਡੈਂਟ ਆਉਂਦਾ ਪੰਜਾਬ ਤੋਂ ਜਿਹੜਾ ਸਟੂਡੈਂਟ ਜਾਂਦਾ ਜਾਂ ਤਾਂ ਉਹ ਇਹੀ ਆ ਜਿਹੜਾ ਡੈਡਲਾਈਨ ਉਡੀਕਦਾ ਜਾਂ ਸਟੂਡੈਂਟ ਉਹ ਆ ਜਿਹੜਾ ਆ ਕੇ ਕਹਿੰਦਾ ਆ ਰੇ ਮੇਰੇ ਕਾਗਜ਼ ਮੈਂ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣਾ ਜਦੋਂ ਇਹ ਸਾਰੀਆਂ ਆਪਸ਼ਨ ਸਟੂਡੈਂਟ ਦੇ ਸਾਹਮਣੇ ਹੁੰਦੀਆਂ ਸਟੂਡੈਂਟ ਨੂੰ ਪਤਾ ਹੁੰਦਾ ਕਿ ਉਹਦਾ ਰੀਜ਼ਨ ਕੀ ਆ ਜਾਣ ਦਾ ਜਿੰਨੀ ਦੇਰ ਤੱਕ ਤਾਂ ਸਟੂਡੈਂਟ ਇਹ ਕਹਿ ਜਾਊਗਾ ਜੀ ਮੈਂ ਪੜ੍ਹਨ ਜਾਣਾ ਮੈਂ ਪੜ੍ਹਾਈ ਕਰਨ ਜਾਣਾ ਮੈਂ ਪੜ੍ਹਾਈ ਕਰਨ ਜਾਣਾ ਪੜ੍ਹਾਈ ਤਾਂ ਇੱਥੇ ਵੀ ਬਹੁਤ ਵਧੀਆ ਹੋ ਜਾਂਦੀ ਹੈ ਔਰ ਉਹ ਸਟੂਡੈਂਟ ਜਿਹਦੇ ਓਵਰਆਲ 5.5 ਬੈਂਡ ਹੈ ਜਾਂ 1 'ਚ 5 ਬੈਂਡ ਹੈ ਜਾਂ ਉਹ ਸਟੂਡੈਂਟ ਜਿਹੜਾ ਬੜੀ ਮੁਸ਼ਕਲ ਨਾਲ ਪਲੱਸ ਟੂ ਪਾਸ ਕੀਤੀ ਹੈ 45% 48% 52% ਨੰਬਰਾਂ ਨਾਲ ਪਾਸ ਹੋਇਆ ਜਦੋਂ ਆ ਗਿਆ ਤਾਂ ਮੈਂ ਪੜ੍ਹਾਈ ਨੂੰ ਲੈ ਕੇ ਬਹੁਤ ਸੀਰੀਅਸ ਉਹ ਸੀਰੀਅਸਨੈਸ ਤਾਂ ਉਹਦੇ ਡਾਕੂਮੈਂਟ 'ਚ ਦਿਖ ਰਹੀ ਹੈ ਹੈ ਨਾ ਸੋ ਸਟੂਡੈਂਟ ਦਾ ਜਾਣ ਦਾ ਜਿਹੜਾ ਮੋਟਿਵ ਹੈ ਜਿਹੜਾ ਰੀਜ਼ਨ ਹੈ ਉਹ ਉਸ ਸਟੂਡੈਂਟ ਨੂੰ ਵੀ ਪਤਾ ਔਰ ਉਹਦੀ ਕਾਊਂਸਲਿੰਗ ਕਰਦੇ ਹੋਏ ਉਸ ਕੰਸਲਟੈਂਟ ਨੂੰ ਵੀ ਪਤਾ ਕਿ ਕਿਉਂ ਜਾਣਾ ਚਾਹੁੰਦਾ ਸੋ ਰਾਦਰ ਦੈਨ ਵੇਸਟਿੰਗ ਹਿਜ਼ ਟਾਈਮ ਰਾਦਰ ਦੈਨ ਵੇਸਟਿੰਗ ਆਰ ਟਾਈਮ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਪਾਲਿਸੀ ਚੇਂਜ ਕਰਨਾ ਕਿਸੇ ਵੀ ਗੌਰਮੈਂਟ ਲਈ ਕਿਸੇ ਵੀ ਕੰਟਰੀ 'ਚ ਕਿਸੇ ਵੀ ਸਰਕਾਰ ਲਈ 1 ਮਿੰਟ ਦਾ ਕੰਮ ਹੈ ਇਸ ਤੋਂ ਪਹਿਲਾਂ ਕਿ ਸਟੂਡੈਂਟ ਦੀਆਂ ਫਾਈਲਾਂ ਅੰਬੈਸੀ ਦੇ ਵਿੱਚ ਹੀ ਰਹਿ ਜਾਣ ਇਸ ਤੋਂ ਪਹਿਲਾਂ ਸਟੂਡੈਂਟ GIC ਅਕਾਊਂਟ ਹੀ ਉਡੀਕਦਾ ਰਹਿ ਜੇ ਬਿਕੋਜ਼ ਯੂ ਲਿਵ ਇਨ ਟੂਡੇ ਕੱਲ ਕੀ ਹੋਣਾ ਤੇ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਅੱਜ ਤੋਂ ਪਿੱਛੇ ਚੱਲ ਜਾਈਏ 2008 ਦੇ ਵਿੱਚ ਆਸਟ੍ਰੇਲੀਆ ਦੇ ਵੀਜ਼ੇ ਵੈਟ ਦੇ ਵਿੱਚ ਬੜੇ ਵਧੀਆ ਵੀਜ਼ੇ ਲੱਗ ਰਹੇ ਸੀ ਇੱਕਦਮ ਵੀਜ਼ੇ ਲੱਗਣੇ ਬੰਦ ਹੋ ਗਏ UK ਦੀ ਗੱਲ ਕਰ ਲਈਏ 2009 ਦੇ ਵਿੱਚ Tier 4 ਸ਼ੁਰੂ ਕੀਤਾ ਇਹਨਾਂ ਨੇ ਬੜੇ ਵਧੀਆ ਵੀਜ਼ੇ ਲੱਗਦੇ ਰਹੇ ਇੱਕਦਮ ਚੁੱਕ ਕੇ ਵੀਜ਼ੇ ਰਿਫਿਊਜ਼ ਕਰਤੇ ਜਦੋਂ ਕਿਸੇ ਕੰਟਰੀ ਨੇ ਕੋਈ ਪਾਲਿਸੀ ਚੇਂਜ ਕਰਨੀ ਹੁੰਦੀ ਹੈ ਜਾਂ ਵੀਜ਼ੇ ਰੁਕਣੇ ਹੁੰਦੇ ਆ ਵਿਦਆਊਟ ਗਿਵਿੰਗ ਐਨੀ ਇੰਟੀਮੇਸ਼ਨ ਉਹ ਉਹਨਾਂ ਨੇ ਅਖਬਾਰ 'ਚ ਥੋੜ੍ਹੀ ਕਢਾਉਣਾ ਜੀ ਕੱਲ੍ਹ ਤੋਂ ਵੀਜ਼ੇ ਬੰਦ ਇੱਦਾਂ ਕਦੀ ਵੀ ਕਿਤੇ ਵੀ ਅਖਬਾਰ 'ਚ ਨਹੀਂ ਛੁੱਪਦਾ ਜਦੋਂ ਤੁਸੀਂ ਜਦੋਂ ਵੀਜ਼ਾ ਲੱਗ ਰਿਹਾ ਉਦੋਂ ਫਾਈਲ ਅੰਬੈਸੀ ਦੇ ਵਿੱਚ ਪਾਓ ਤੁਹਾਡਾ ਪ੍ਰੋਫਾਈਲ ਤੁਹਾਡੀ ਅੰਬੈਸੀ ਦੀ ਜਾਂ ਯੂਨੀਵਰਸਿਟੀ ਦੀ ਜਾਂ ਕਾਲਜ ਦੀ ਰਿਕੁਆਇਰਮੈਂਟਸ ਮੈਚ ਕਰਦਾ ਅੰਬੈਸੀ ਦਾ ਮਾਇੰਡ ਸੈੱਟ ਹੈ ਗਵਰਨਮੈਂਟ ਦਾ ਮਾਇੰਡ ਸੈੱਟ ਹੈ ਕਿ ਹਾਂ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣੀ ਹੈ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਆਉਣਾ ਕਿਉਂਕਿ ਆਪਾਂ ਇੱਕ ਗੱਲ ਸਮਝੀਏ ਉਸ ਕੰਟਰੀ ਲਈ ਉਸ ਕਾਲਜ ਲਈ ਉਸ ਯੂਨੀਵਰਸਿਟੀ ਲਈ ਵੀ ਉਹ ਇੱਕ ਬਿਜ਼ਨਸ ਹੈ ਇੱਕ ਰੈਵਨਿਊ ਸਟ੍ਰੀਮ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਉੱਥੇ ਜਾ ਕੇ ਪੜ੍ਹਦਾ ਫੀਸਾਂ ਦਿੰਦਾ GIC ਦੇ ਪੈਸੇ ਦਿੰਦਾ ਉਹਨਾਂ ਦੇ ਬੈਂਕ ਨੂੰ ਬਿਨਾਂ ਵਿਆਜ ਦੇ $10,000 ਹਜ਼ਾਰਾਂ ਹੀ ਲੱਖਾਂ ਹੀ ਬੱਚਾ ਜਾਂਦਾ ਔਰ $10,000 ਦੇ ਨਾਲ ਮਲਟੀਪਲਾਈ ਕਰ ਲਓ ਕਿ ਕੈਨੇਡਾ ਦੇ ਬੈਂਕਸ ਨੂੰ ਕਿੰਨਾ ਰੈਵਨਿਊ ਉਹਨਾਂ ਬੱਚਿਆਂ ਤੋਂ ਹੈਗਾ ਔਰ ਉਹ ਕਿੰਨੀ ਕਿੰਨੀ ਦੇਰ 1-1 ਸਾਲ ਤੱਕ ਉਹ ਰੈਵਨਿਊ ਉਹਨਾਂ ਦੇ ਬੈਂਕਾਂ 'ਚ ਪਿਆ ਰਹਿੰਦਾ ਜਿਹਦੇ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਂਦਾ ਸਟੂਡੈਂਟ ਨੂੰ ਫਿਰ ਉਹ ਬੱਚਾ ਉੱਥੇ ਕੰਮ ਕਰੂਗਾ ਆਪਣਾ ਟੈਕਸ ਕਟਾਊਗਾ ਟੈਕਸ ਫਿਰ ਉਹ ਗੌਰਮੈਂਟ ਨੂੰ ਜਾਂਦਾ ਜਦੋਂ ਕੰਮ ਕਰੂਗਾ ਅੱਜ ਦੀ ਡੇਟ 'ਚ ਕੈਨੇਡਾ ਦੀ ਗੱਲ ਕਰ ਲਈਏ ਅਨਇੰਪਲੋਇਮੈਂਟ ਇਜ਼ ਐਟ 40 ਈਅਰਸ ਲੋਐਸਟ ਕੈਨੇਡਾ ਦਾ ਇਹ ਹਾਲ ਹੈ ਕਿ ਪਿਛਲੇ 40 ਸਾਲਾਂ 'ਚ ਵੀ ਇੰਨੀਆਂ ਨੌਕਰੀਆਂ ਨਹੀਂ ਸੀ ਅੱਜ ਦੀ ਡੇਟ 'ਚ ਇੰਨੀਆਂ ਨੌਕਰੀਆਂ ਔਰ ਇਦਾਂ ਦੇ ਹੀ ਕੁਝ ਰੀਜ਼ਨਸ ਨੇ ਜਿਹਦੇ ਕਰਕੇ ਕਿਉਂ ਕੁਝ ਲੋਕ ਉੱਥੇ ਕਹਿ ਰਹੇ ਨੇ ਕਿ ਬੱਚੇ ਜਿਹੜੇ ਪੰਜਾਬੀ ਜਾ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਪਾ ਰਹੀਆਂ ਆਪਣੀਆਂ ਫੀਸਾਂ ਨਹੀਂ ਕੱਢ ਪਾ ਰਹੇ ਫੀਸਾਂ ਘਰੋਂ ਮੰਗਾਉਣੀਆਂ ਪੈਂਦੀਆਂ ਜੇ ਅਨਇੰਪਲੋਇਮੈਂਟ 40% ਲੈਸ ਹੈ ਜਾਂ ਅੱਜ ਤੱਕ ਇੰਨੀ ਇੰਪਲੋਇਮੈਂਟ ਨਹੀਂ ਮਿਲੀ ਕੈਨੇਡਾ ਦੇ ਵਿੱਚ ਸੋ ਇਹ ਕਿਉਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬੱਚਿਆਂ ਨੂੰ ਫੀਸਾਂ ਨਿਕਲ ਰਹੀਆਂ ਦੇਖੋ ਮਨੀਸ਼ ਜੀ ਅੱਜ ਦੀ ਡੇਟ ਦੇ ਵਿੱਚ ਕੋਈ ਇੱਕ ਬੱਚਾ ਮੈਨੂੰ ਕਹਿ ਦੇਵੇ ਕਿ ਮੈਨੂੰ ਕੰਮ ਨਹੀਂ ਮਿਲਦਾ ਪਿਆ ਮੈਂ ਉਸ ਗੱਲ ਤੇ ਯਕੀਨ ਨਹੀਂ ਕਰਾਂਗਾ 3 ਮਹੀਨੇ 4 ਮਹੀਨੇ ਮੈਂ ਉੱਥੇ ਰਹਿ ਕੇ ਆਇਆ ਕਿਸੇ ਟਿਮ ਹੋਟਲਸ ਚਲ ਜਾਓ ਕਿਸੇ ਸਟਾਰਬਕਸ ਚਲ ਜਾਓ
ਕਿਸੇ ਵੀ ਜਗ੍ਹਾ ਚਲ ਜਾਓ ਹਰ ਜਗ੍ਹਾ ਉਹਨਾਂ ਨੇ ਲਿਖ ਕੇ ਬੋਰਡ ਲਾਏ ਆ ਬੈਨਰਸ ਲਾਏ ਹੋਏ ਆ ਵੀ ਆਰ ਹਾਇਰਿੰਗ ਫੁੱਲ ਟਾਈਮ ਪਾਰਟ ਟਾਈਮ ਉਹਦੇ ਬਾਵਜੂਦ ਜੇ ਬੱਚਾ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਪਿਆ ਤਾਂ ਆਈ ਥਿੰਕ ਉਹ ਬੱਚਾ ਹੀ ਕਸੂਰਵਾਰ ਹੈ ਫਿਰ ਕਿਤੇ ਇਹ ਉਹ ਬੱਚੇ ਤਾਂ ਨਹੀਂ ਜਿਹੜੇ ਬਿਨਾਂ ਆਈਲਟਸ ਚਲ ਗਏ 5.5 ਬੈਂਡ ਵਾਲੇ ਚਲ ਗਏ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਕਮਿਊਨੀਕੇਸ਼ਨ ਗੈਪ ਹੋ ਰਿਹਾ ਆਈਲਟਸ ਦੇ ਵਿੱਚ ਕਿੰਨਾ ਸਕੋਰ ਹੈ ਉਸ ਬੱਚੇ ਦਾ ਇੱਕ ਦੀ ਵੀ ਕਿਤੇ ਨਾ ਕਿਤੇ ਹਾਂ ਲੱਗ ਠੀਕ ਹੈ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੋ ਗਿਆ ਬਟ ਕਿਤੇ ਨਾ ਕਿਤੇ ਇੰਗਲਿਸ਼ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ ਜਾਂ ਉੱਥੇ ਜਿਹੜਾ ਕੰਮ ਕਰਨ ਵਾਲਾ ਸਿਸਟਮ ਹੈਗਾ ਉੱਥੇ ਕਈ ਵਾਰੀ 6.5 ਬੈਂਡ ਵਾਲੇ ਬੱਚੇ ਨੂੰ ਵੀ ਲੱਗਦਾ ਕਿ ਯਾਰ ਮੇਰੇ ਤੋਂ ਤਾਂ ਬੋਲਿਆ ਨਹੀਂ ਜਾਂਦਾ ਇੰਟਰਵਿਊ ਤੁਹਾਡੀ ਹੋਣੀ ਹੈ ਰੈਫਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਦਾਂ ਦੀ ਕੰਟਰੀਜ਼ ਦੇ ਵਿੱਚ ਕਿ ਤੁਹਾਨੂੰ ਰੈਫਰੈਂਸ ਚੈੱਕ ਦੇ ਨਾਲ ਜੋਬਸ ਮਿਲਦੀਆਂ ਉਹਦੇ 'ਚ ਇੱਕ ਸਟੂਡੈਂਟ ਜਿਹੜਾ ਆਲਰੇਡੀ ਕੰਮ ਕਰ ਰਿਹਾ ਉਹਦੀ ਜਾਣ ਪਛਾਣ ਕਿਤੇ ਨਾ ਕਿਤੇ ਤੁਹਾਡੇ ਕੰਮ ਆਉਂਦੀ ਆ ਇੰਪਲੋਇਮੈਂਟ ਐਕਸਚੇਂਜਿਸ ਹੈਗੀਆਂ ਜਿਹੜੀਆਂ ਸਟੂਡੈਂਟਸ ਨੂੰ ਕੰਮ 'ਤੇ ਲਗਵਾਉਂਦੀਆਂ ਉਹਨੇ ਰੈਗੂਲਰ ਬੇਸਿਸ ਤੁਸੀਂ ਕਹੋ ਜੀ ਮੈਂ ਡੇਲੀ ਬੇਸਿਸ 'ਤੇ ਜਾਣਾ ਚਾਹੁੰਦਾ ਮੈਂ ਰੀਸੈਂਟਲੀ ਉੱਥੇ ਦੇਖਿਆ ਕਿ ਮੇਰੇ ਨਾਲ ਕੋਈ ਸਟੂਡੈਂਟ ਸੀਗੇ ਉਹਨਾਂ ਨੂੰ ਇੰਪਲੋਇਮੈਂਟ ਐਕਸਚੇਂਜ ਤੋਂ ਫੋਨ ਆ ਗਿਆ ਯਾਰ ਅੱਜ ਸਾਨੂੰ 4 ਜਣਿਆਂ ਦੀ ਲੋੜ ਹੈ ਔਰ ਉਹਨੇ ਸਟੂਡੈਂਟ ਨੇ ਮੇਰੇ ਸਾਹਮਣੇ 10-15 ਜਣਿਆਂ ਨੂੰ ਫੋਨ ਮਿਲਾ ਲਏ ਉਹ ਤੋਂ 4 ਬੰਦੇ ਨਹੀਂ ਇਕੱਠੇ ਹੋਏ ਕਿ ਉਹੀ ਸਟੂਡੈਂਟ ਜਿਹਨੂੰ ਆਪਾਂ ਕਹਿੰਦੇ ਕਿ ਕੰਮ ਨਹੀਂ ਮਿਲਦਾ ਪਿਆ ਉਹ 15 ਜਣਿਆਂ 'ਚੋਂ ਕੋਈ 4 ਜਣੇ ਨਹੀਂ ਇਕੱਠੇ ਹੋਏ ਕਿ ਹਾਂਜੀ ਅੱਜ ਅਸੀਂ ਸ਼ਿਫਟ 'ਤੇ ਜਾਣ ਨੂੰ ਤਿਆਰ ਹੈਗੇ ਸੋ ਉਹਦੇ ਬਾਵਜੂਦ ਜੇ ਸਟੂਡੈਂਟ ਕਹਿੰਦਾ ਮੇਰੇ ਕੋਲ ਕੰਮ ਨਹੀਂ ਹੈਗਾ ਉਹਦੇ 2 ਹੀ ਕਾਰਨ ਨੇ ਭਾਈ ਜਾਂ ਤਾਂ ਉਹ ਕੰਮ ਕਰਨਾ ਹੀ ਨਹੀਂ ਚਾਹੁੰਦਾ ਹੁਣ ਜਿਹੜਾ ਬੰਦਾ ਇੱਥੋਂ ਕਦੀ ਕੰਮ ਨਹੀਂ ਕੀਤਾ ਕੁਛ ਨਹੀਂ ਕੀਤਾ ਉੱਥੇ ਜਾ ਕੇ 4 ਵਾਰੀ ਸੋਚਦਾ ਅੱਛਾ ਮੈਂ ਇਹ ਕੰਮ ਕਰੂੰਗਾ ਇਹ ਕੰਮ ਤਾਂ ਮੈਨੂੰ ਸੂਟ ਹੀ ਨਹੀਂ ਕਰਦਾ ਅੱਛਾ ਇਸ ਕੰਮ 'ਚ ਮੈਨੂੰ ਇੰਨੇ ਪੈਸੇ ਮਿਲੂਗੇ ਬਸ ਇੰਨੇ ਪੈਸੇ ਤਾਂ ਮੈਂ ਉੱਥੇ ਵਿਹਲਾ ਬਹਿ ਕੇ ਕਮਾ ਲੈਂਦਾ ਸੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਬਟ ਵਨ ਥਿੰਗ ਇਜ਼ ਫੋਰ ਸ਼ੋਰ ਕੋਈ ਵੀ ਸਟੂਡੈਂਟ ਜਿਹੜਾ ਇਹਨੂੰ ਦੇਖ ਰਿਹਾ ਹੋਵੇ ਕੋਈ ਵੀ ਸਟੂਡੈਂਟ ਦਾ ਦੋਸਤ ਮਿੱਤਰ ਕਜ਼ਨ ਭੈਣ ਭਰਾ ਮਾਤਾ ਪਿਤਾ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬੱਚਾ ਕੈਨੇਡਾ ਉਹਨੂੰ ਜੋਬ ਨਹੀਂ ਮਿਲਦੀ ਮੈਨੂੰ ਫੋਨ ਕਰ ਲਓ ਮੈਂ ਤੁਹਾਨੂੰ ਰੈਫਰੈਂਸ ਦੇ ਦਿੰਦਾ ਉੱਥੇ 4 ਜਣੇ 5 ਜਣੇ ਦੇ ਦਿੰਦਾ ਦਿਨ ਦੀਆਂ 2-2, 3-3 ਸ਼ਿਫਟਾਂ ਬੱਚਿਆਂ ਕੋਲ ਅਵੇਲੇਬਲ ਹੈਗੀਆਂ ਬਟ ਤੁਹਾਨੂੰ 20 ਘੰਟੇ ਹਫ਼ਤੇ ਦੇ ਕੰਮ ਕਰਨਾ ਅਲਾਊਡ ਹੈ ਆਪਣੀ ਜੁਰਿਸਡਿਕਸ਼ਨ ਦੇ ਵਿੱਚ ਵੀਜ਼ਾ ਰੂਲਸ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਸਟੂਡੈਂਟ ਨਹੀਂ ਇੱਦਾਂ ਦਾ ਜਿਹੜਾ ਇਹ ਕਹੇ ਕਿ ਮੈਨੂੰ ਕੰਮ ਨਹੀਂ ਮਿਲਦਾ ਜੀ ਸੁਪਨੀ ਜੀ ਇੱਕ ਛੋਟਾ ਜਿਹਾ ਸਵਾਲ ਆਖਰੀ ਪੁੱਛਣਾ ਚਾਹਾਂਗੇ ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰਾਂਗੇ ਓਮ ਗਲੋਬਲ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਇਨਵਾਈਟ ਕਰ ਰਿਹਾ ਹੈ ਕਿਹੋ ਜਿਹੇ ਪ੍ਰੋਫਾਈਲ ਵਾਲੇ ਬੱਚਿਆਂ ਦੇ ਵੀਜ਼ੇ ਓਮ ਗਲੋਬਲ ਲਵਾ ਸਕਦਾ ਹੈ ਦੇਖੋ ਫਿਲਹਾਲ ਕੈਨੇਡਾ ਲਈ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈਗੀ ਹੈ ਆਇਲਸ 6 ਓਵਰਆਲ ਬੈਂਡ ਚਾਹੀਦੇ ਆ ਤੁਹਾਡੇ ਕਿਸੇ ਇੱਕ ਮੋਡਿਊਲ 'ਚ 5.5 ਬੈਂਡ ਨੇ ਕੋਈ ਪ੍ਰੋਬਲਮ ਨਹੀਂ ਬਹੁਤ ਸਾਰਾ ਕੁਛ ਲੋਕ ਅੱਜ ਵੀ ਆ ਕੇ ਉਹੀ ਸਵਾਲ ਪੁੱਛਦੇ ਆ ਮੈਂ ਰੀਸੈਂਟਲੀ ਵੀ ਜਿੱਦਣ ਦਾ ਵਾਪਸ ਆਇਆ ਉਦੋਂ ਦਾ ਵੀ 4-5 ਵਾਰੀ ਜਵਾਬ ਦੇ ਚੁੱਕਾ ਬੱਚਾ ਆ ਕੇ ਪੁੱਛਦਾ ਉਹਦੇ ਪੇਰੈਂਟਸ ਪੁੱਛਦੇ ਇਹਨੂੰ SDS ਕਾਲਜ 'ਚ ਪਾਓਗੇ SDS ਕਾਲਜ ਨਾਮ ਦੀ ਕੋਈ ਵੀ ਟਰਮ ਨਹੀਂ ਹੈਗੀ ਹਰ ਕਾਲਜ ਕੈਨੇਡਾ ਦੇ ਵਿੱਚ SDS ਹੈ ਹਰ ਕਾਲਜ ਨੋਨ SDS ਹੈ ਗਵਰਨਮੈਂਟ ਪ੍ਰਾਈਵੇਟ ਯੂਨੀਵਰਸਿਟੀ ਵਟ ਐਵਰ ਇਟ ਇਜ਼ ਇੱਕ ਪ੍ਰੋਫਾਈਲ ਹੈ SDS ਇੱਕ ਕੈਟਾਗਰੀ ਹੈ ਵੀਜ਼ਾ ਅਪਲਾਈ ਕਰਨ ਦੀ ਕਿ ਜਿਹਦੇ ਵਿੱਚ ਤੁਹਾਡੇ 6 ਈਚ ਹੈਗੇ ਆ ਪਹਿਲੀ ਸ਼ਰਤ ਸਾਲ ਦੀ ਫੀਸ ਦਿੱਤੀ ਹੈ ਦੂਜੀ ਸ਼ਰਤ GIC ਜਮ੍ਹਾਂ ਕਰਾਇਆ ਤੀਜੀ ਸ਼ਰਤ ਤੁਸੀਂ SDS 'ਚ ਵੀਜ਼ਾ ਅਪਲਾਈ ਕਰ ਸਕਦੇ ਹੋ ਕੋਈ ਵੀ ਕਾਲਜ SDS ਜਾਂ ਨੋਨ SDS ਨਹੀਂ ਹੈਗਾ ਸੋ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹ SDS ਕੈਟਾਗਰੀ 'ਚ ਅਪਲਾਈ ਹੁੰਦਾ ਅੱਗੇ ਸੀਗਾ ਕਿ 4 ਕੰਟਰੀਆਂ ਸੀਗੀਆਂ ਜਦੋਂ SPP ਸੀ SDS 'ਚ ਕਨਵਰਜਨ ਹੋਈ ਉਦੋਂ ਵੀ ਉਹ 4 ਕੰਟਰੀਆਂ ਅੱਜ ਦੀ ਰੇਟ 'ਚ 3 ਕੰਟਰੀਆਂ ਹੋਰ ਵੱਧ ਗਈਆਂ ਰੀਸੈਂਟਲੀ ਪਾਕਿਸਤਾਨ ਸੈਨੇਗਲ ਮੋਰੋਕੋ ਹੁਣ SDS 'ਚ 7 ਕੰਟਰੀਆਂ ਹੋ ਗਈਆਂ ਔਰ ਇਸ ਚੀਜ਼ ਦੀ ਐਕਸਪੈਂਸ਼ਨ ਬਿਕੋਜ਼ ਸੇਮ ਗੌਰਮੈਂਟ ਹੈ ਜਿਹਦੇ ਇਹ ਸਾਰਾ ਕੁਝ ਪਲਾਨ ਕੀਤਾ ਇਸ ਚੀਜ਼ ਦੀ ਐਕਸਪੈਂਸ਼ਨ ਹੋਊਗੀ ਕੱਲ੍ਹ ਨੂੰ ਨੇਪਾਲ ਸ਼੍ਰੀਲੰਕਾ ਕੰਬੋਡੀਆ ਹੋਰ ਹੌਲੀ ਹੌਲੀ ਸਾਰੀਆਂ ਕੰਟਰੀਜ਼ ਇਹਦੇ ਵਿੱਚ ਆ ਜੂਗੀਆਂ ਸੋ ਜੇ ਤੁਹਾਡੇ ਓਵਰਆਲ 6 ਬੈਂਡ ਹੈ ਇੱਕ ਮੋਡਿਊਲ 5.5 ਆ ਯੂ ਕੈਨ ਸਟਿਲ ਗੋ ਨੋਨ SDS ਦੇ ਵਿੱਚ ਵੀਜ਼ਾ ਅਪਲਾਈ ਹੋਊਗਾ ਵੀਜ਼ਾ ਲੱਗਦਾ ਜੇ ਨੋਨ SDS ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਵੀਜ਼ੇ ਲਵਾ ਲਏ ਔਰ ਚਲੇ ਗਏ ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਕਿਸੇ ਵੀ ਆਫਿਸ ਵਿਜ਼ਿਟ ਕਰ ਲਓ ਜਿੰਨੇ ਵੀਜ਼ੇ ਦੇਖਣਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਕਦੋਂ ਪੜ੍ਹਾਈ ਕੀਤੀ ਤੁਸੀਂ ਕਿਹੜੇ ਸਾਲ ਦੇ ਵਿੱਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਗੈਪ ਹੈਗਾ ਕਿਸੇ ਦਾ ਸਾਲ ਦਾ ਕਿਸੇ ਦਾ 2 ਸਾਲ ਦਾ 3 ਸਾਲ ਦਾ ਉਹਦੀ ਜਸਟੀਫਿਕੇਸ਼ਨ ਅੰਬੈਸੀ ਨੂੰ ਚਾਹੀਦੀ ਹੈ ਉਹਦਾ ਰੀਜ਼ਨ ਲਿਆ ਦਿਓ ਕਿ ਅਸੀਂ ਉਸ ਟਾਈਮ 'ਤੇ ਕੀ ਕੀਤਾ ਉਹ ਜਸਟੀਫਿਕੇਸ਼ਨ ਅੰਬੈਸੀ ਨੂੰ ਦੇ ਦਿਓ ਸੋ ਆਹ ਜੇ ਚੀਜ਼ਾਂ ਹੈਗੀਆਂ ਰਿਫਿਊਜ਼ਲ ਬਹੁਤ ਸਾਰੇ ਸਟੂਡੈਂਟਸ ਨੇ ਮੌਂਟਰੀਅਲ ਦੇ ਵਿੱਚ ਰਿਫਿਊਜ਼ਲਾਂ ਲਵਾ ਲਈਆਂ ਬਹੁਤ ਸਾਰੇ ਸਟੂਡੈਂਟਸ ਨੇ ਹੋਰ ਕਮਿਊਨਿਟੀ ਕਾਲਜਸ ਦੇ ਵਿੱਚ ਰਿਫਿਊਜ਼ਲ ਲਵਾ ਲਈਆਂ ਮੇਰੀ ਇੱਕ ਰਿਕੁਐਸਟ ਹੈ ਕਾਲਜ ਨਾਲ ਕੰਪਰੋਮਾਈਜ਼ ਕਰ ਲਓ ਸਿਟੀ ਦੇ ਨਾਲ ਕੰਪਰੋਮਾਈਜ਼ ਕਰ ਲਓ ਕੋਰਸ ਕਿਹੜਾ ਚੁਣ ਕੇ ਅੰਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਉਹਦੇ ਨਾਲ ਕੰਪਰੋਮਾਈਜ਼ ਨਾ ਕਰੋ SDS ਦੀ ਆਪਾਂ ਗੱਲ ਕਰਦੇ ਹਾਂ ਕਿ ਸਾਲ ਦੀ ਫੀਸ ਜਾਣੀ ਕੰਪਲਸਰੀ ਹੈ ਅੱਜ ਦੀ ਡੇਟ ਦੇ ਵਿੱਚ ਕਿਸੇ ਦੇ 7 ਬੈਂਡ ਵੀ ਹੈਗੇ ਆ ਉਹ ਵੀ ਮੌਂਟਰੀਅਲ ਦੇ ਵਿੱਚ SDS ਕੈਟਾਗਰੀ 'ਚ ਅਪਲਾਈ ਨਹੀਂ ਕਰ ਸਕਦਾ ਕਿਉਂਕਿ ਮੌਂਟਰੀਅਲ ਕਿਊਬੈਕ ਗਵਰਨਮੈਂਟ ਦੀ ਸ਼ਰਤ ਹੈ ਉੱਥੇ ਰੂਲ ਹੈ ਕਿ ਕੋਈ ਵੀ ਕਾਲਜ ਸਟੂਡੈਂਟ ਤੋਂ ਸਾਲ ਦੀ ਫੀਸ ਇਕੱਠੀ ਨਹੀਂ ਲੈ ਸਕਦਾ ਸੋ ਇੱਕ ਪਾਸੇ ਸ਼ਰਤ ਹੈ ਕਿ SDS 'ਚ ਸਾਲ ਦੀ ਫੀਸ ਚਾਹੀਦੀ ਹੈ ਦੂਜੇ ਪਾਸੇ ਕਿਊਬੈਕ ਗੌਰਮੈਂਟ ਦਾ ਰੂਲ ਹੈ ਕਿ ਸਟੂਡੈਂਟ ਤੋਂ ਸਾਲ ਦੀ ਫੀਸ ਇਕੱਠੀ ਨਹੀਂ ਲੈ ਸਕਦੇ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਟੈਕਨੀਕੈਲਿਟੀਜ਼ ਜੇ ਤੁਹਾਨੂੰ ਪਤਾ ਹੈ ਜਾਂ
ਓਬਵੀਅਸਲੀ ਕਿ ਸਟੂਡੈਂਟ ਨੂੰ ਨਹੀਂ ਪਤਾ ਹੁੰਦਾ ਅਸੀਂ ਰੈਗੂਲਰ ਬੇਸਿਸ 'ਤੇ ਕੰਮ ਕਰਦੇ ਹਾਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਬਟ ਇਹਨਾਂ ਟੈਕਨੀਕੈਲਿਟੀਜ਼ ਨੂੰ ਜਦੋਂ ਤੁਸੀਂ ਖਿਆਲ 'ਚ ਰੱਖ ਕੇ ਵੀਜ਼ਾ ਅਪਲਾਈ ਕਰਦੇ ਹੋ ਜੋ ਕਿ ਪਿਛਲੇ 6-8 ਮਹੀਨੇ 'ਚ ਦੇਖਿਆ ਓਮ ਗਲੋਬਲ ਦਾ ਵੀਜ਼ਾ ਸਕਸੈਸ ਰੇਟ ਇਜ਼ ਮੋਰ ਦੈਨ 95% ਤੁਸੀਂ ਮੇਰੇ ਕੋਲ ਆ ਜਾਓ ਮੇਰੇ ਤੋਂ ਰਿਜ਼ਲਟਸ ਦੇਖ ਲਓ ਫਿਰ ਮਨ ਬਣਾਇਓ ਕਿ ਵੀਜ਼ਾ ਅਪਲਾਈ ਕਰਨਾ ਜੇ ਕਿ ਨਹੀਂ ਕਰਨਾ ਜੀ ਸੋ ਫੋਨ 'ਤੇ ਕਦੀ ਵੀਜ਼ੇ ਨਹੀਂ ਲੱਗਦੇ ਫੋਨ 'ਤੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰੋ ਸਿਰਫ ਫੋਨ ਦਾ ਜ਼ਰੀਆ ਹੈ ਕਿਸੇ ਕੰਸਲਟੈਂਟ ਤੱਕ ਅਪਰੋਚ ਕਰਨ ਦਾ ਉਹਦਾ ਐਡਰੈਸ ਪੁੱਛਣ ਦਾ ਔਰ ਅਪੁਆਇੰਟਮੈਂਟ ਫਿਕਸ ਕਰਨ ਦਾ ਘਰ ਬੈਠੇ ਕਾਲ ਕਰੋ ਟੀ ਵੀ ਸਕਰੀਨ 'ਤੇ ਜਿਹੜਾ ਨੰਬਰ ਚੱਲ ਰਿਹਾ ਅਪੁਆਇੰਟਮੈਂਟ ਫਿਕਸ ਕਰ ਲਓ ਪੁਨੀਤ ਕਰਨਾ ਜਿੱਦਾਂ ਯਾਰਾਂ ਦੀ ਐਕਸਪਰਟ ਟੀਮ ਨਾਲ ਆਪਣੇ ਡਾਕੂਮੈਂਟਸ ਲੈ ਕੇ ਆਓ ਆਪਣਾ ਆਇਲਸ TRF ਲੈ ਕੇ ਆਓ ਜੇਕਰ ਰਿਫਿਊਜ਼ ਹੋ ਤਾਂ ਰਿਫਿਊਜ਼ਲ ਲੈਟਰ ਲੈ ਕੇ ਆਓ ਔਰ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਮੌਕੇ 'ਤੇ ਮਨ ਬਣਦਾ ਅਤੇ ਅਪਲਾਈ ਕਰਕੇ 15-20 ਦਿਨ ਦੇ ਵਿੱਚ ਕੈਨੇਡਾ ਦਾ ਵੀਜ਼ਾ ਤੁਸੀਂ ਹਾਸਲ ਕਰ ਸਕਦੇ ਹੋ ਸੋ ਫਿਲਹਾਲ ਕੁਛ ਇੱਕ ਬੱਚਿਆਂ ਨਾਲ ਮਿਲਾਉਂਦੇ ਹਾਂ ਸਟੂਡੈਂਟਸ ਨਾਲ ਜਿਨ੍ਹਾਂ ਨੇ ਓਮ ਗਲੋਬਲ ਰਾਹੀਂ ਵੀਜ਼ਾਜ਼ ਅਪਲਾਈ ਕੀਤੇ ਔਰ ਵੀਜ਼ਾ ਹਾਸਲ ਕਰ ਲਏ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਬਣ ਸਕਦੇ ਹੋ ਫਿਲਹਾਲ ਜਾ ਚਾਹੁੰਦੇ ਪੁਨੀਤ ਖੰਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ I have given my IELTS test. I have scored 6 bands in it and I have got one half band less in reading. That was 5 and I was not eligible to give file in Canadian embassy, but Aum Global has given my file to Canadian embassy and I was feeling my very happy and my dream comes true and my family and special thanks to Mr. Puneet Khanna ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ ਅਤੇ ਮੈਂ ਆਪਣਾ ਕੈਨੇਡਾ ਵਾਸਤੇ ਵੀਜ਼ਾ ਅਪਲਾਈ ਕਰਨਾ ਸੀਗਾ ਅਤੇ ਮੈਂ ਇੱਦਾਂ ਹੀ ਪਤਾ ਕਰਦਾ ਸੀਗਾ ਮੇਰੇ ਫਰੈਂਡ ਨੇ ਕਦੇ ਮੈਨੂੰ ਸਲਾਹ ਦਿੱਤੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਓਮ ਗਲੋਬਲ ਵਾਲਿਆਂ ਤੋਂ ਹੋਇਆ ਸੀਗਾ ਮਲਟੀਪਲ ਫੈਮਿਲੀ ਉਹਨਾਂ ਨੇ ਕਿਹਾ ਕਿ ਓਮ ਗਲੋਬਲ ਵਾਲਿਆਂ ਕੋਲ ਜਾਓ ਅਤੇ ਮੈਂ ਇਹਨਾਂ ਕੋਲ ਆਇਆ ਆਪਣੀ ਫੈਮਿਲੀ ਦੇ ਪਾਸਪੋਰਟ ਲੈ ਕੇ ਅਤੇ ਇਹਨਾਂ ਨੇ ਵਧੀਆ ਗਾਈਡੈਂਸ ਦਿੱਤੀ ਮੈਨੂੰ ਅਤੇ ਮੈਂ ਇਹਨਾਂ ਡਾਕੂਮੈਂਟ ਦਿੱਤੇ ਇਹਨਾਂ ਨੇ ਮੇਰਾ ਅਪਲਾਈ ਕਰਤਾ ਅਤੇ ਮੇਰਾ 15 ਦਿਨ ਬਾਅਦ ਵੀਜ਼ਾ ਆ ਗਿਆ 10 ਸਾਲ ਦਾ ਮਲਟੀਪਲ ਵੀਜ਼ਾ ਹੁੰਦਾ ਹੈ ਇਹ ਮੇਰਾ ਵੀਜ਼ਾ ਜੀ ਮੇਰੀ ਵਾਈਫ ਦਾ ਵੀਜ਼ਾ ਲੱਗਿਆ ਜੀ ਇਹ ਮੇਰੀ ਬੇਟੀ ਦਾ ਵੀਜ਼ਾ ਲੱਗਿਆ ਹੋਇਆ ਜੀ ਅਤੇ ਪਹਿਲਾਂ ਮੇਰਾ 2 ਵਾਰੀ ਅਮੈਰੀਕਾ ਦਾ ਰਿਫਿਊਜ਼ਲ ਹੋ ਚੁੱਕਿਆ ਸੀਗਾ ਅਤੇ ਉਮੀਦ ਨਹੀਂ ਸੀ ਕਿ ਵੀਜ਼ਾ ਲੱਗ ਜੂਗਾ ਅਤੇ ਗਲੋਬਲ ਨੇ ਵਧੀਆ ਢੰਗ ਨਾਲ ਫਾਈਲ ਤਿਆਰ ਕਰਕੇ ਅਪਲਾਈ ਕੀਤਾ ਮੇਰਾ ਵੀਜ਼ਾ ਆ ਗਿਆ 15 ਦਿਨ ਦੇ ਵਿੱਚ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰਾ ਵੀਜ਼ਾ ਲਵਾਇਆ ਅਤੇ ਤੁਸੀਂ ਸਾਰੇ ਅੱਗੇ ਨੂੰ ਓਮ ਗਲੋਬਲ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰਨਾ ਥੈਂਕ ਯੂ ਧੰਨਵਾਦ ਮੇਰਾ ਨਾਮ ਅਭਿਨਵ ਹੈ ਮੈਂ ਯਮੁਨਾਗਰ ਸੇ ਬਿਲੋਂਗ ਕਰਤਾ ਹੂੰ ਮੈਨੇ ਆਪਣੀ ਪਲੱਸ ਟੂ 2016 ਮੈਂ ਕੰਪਲੀਟ ਕੀਤੀ ਵਿਦ 62% ਮਾਰਕਸ ਵਿਦ ਕਾਮਰਸ ਸਟ੍ਰੀਮ ਐਂਡ ਫਰੋਮ CBSE ਬੋਰਡ ਉਸਕੇ ਬਾਅਦ ਮੈਨੇ ਆਪਣਾ ਫਰਦਰ ਪਲਾਨ ਆਸਟ੍ਰੇਲੀਆ ਜਾ ਕੇ ਪੜ੍ਹਨੇ ਕੇ ਲਈ ਸੋਚਾ ਫੋਰ ਹਾਇਰ ਸਟੱਡੀ ਐਂਡ ਮੈਨੇ ਓਮ ਗਲੋਬਲ ਸੇ ਕੰਸਰਨ ਮੇ ਥਰੂ ਫੇਸਬੁੱਕ ਐਂਡ ਫਰੈਂਡਸ ਬਹੁਤ ਸੇ ਮੇਰੇ ਯਾਰ ਦੋਸਤ ਜਿਨ੍ਹਾਂ ਨੇ ਓਮ ਗਲੋਬਲ ਸੇ ਅਪਲਾਈ ਕੀਤਾ ਅੱਜ ਉਨ੍ਹਾਂ ਦਾ ਵੀਜ਼ਾ ਵੀ ਸਕਸੈਸਫੁਲ ਹੈ ਉਹ ਆਸਟ੍ਰੇਲੀਆ ਮੇ ਸਕਸੈਸ ਹੈ ਐਂਡ ਮੈਨੇ ਆਪਣੇ ਫਰੈਂਡ ਸੇ ਇਨਫੋਰਮੇਸ਼ਨ ਲੈ ਕੇ ਓਮ ਗਲੋਬਲ ਕੇ ਥਰੂ ਫਾਈਲ ਲਗਵਾਈ ਔਰ ਹੇਅਰ ਇਜ਼ ਮਾਈ ਵੀਜ਼ਾ ਥੈਂਕਸ ਟੂ ਓਮ ਗਲੋਬਲ